ਜਿਹੜਾ ਜੁਮਲਾ ਤੁਹਾਨੂੰ ਦੇ ਰਿਹਾ ਬੜੀ ਮੁਹੱਬਤ ਨਾਲ ਮੌਲਾ ਅਲੀ ਬੈਠੇ ਸਨ ਮਿੰਬਰ ਤੇ ਮੈਨੂੰ ਪਤਾ ਬੜੀ ਔਖੀ ਗੱਲ ਹੈ ਮੈਂ ਆਖਿਆ ਮੌਲਾ ਅਲੀ ਬੈਠੇ ਸਨ ਮਿੰਬਰ ਤੇ ਹੱਥ ਉਹਨੇ ਉਠਾਉਣਾ ਜਿਹੜਾ ਅਲੀ ਵਾਲਾ ਆਇਆ ਮਿਹਰਬਾਨੀ 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 ਮੈਂ ਉਹਨਾਂ 'ਚੋਂ ਨਹੀਂ ਵੀ ਨਹੀਂ ਵੀ ਹਰਾਮੀ ਹਲਾਲੀ ਦੀ ਵੰਡ ਬਿਲਕੁਲ ਸਾਰਾ ਕੁਝ ਮੈਨੂੰ ਪਤਾ ਹੈ ਲੇਕਿਨ ਅਦਬ ਪਹਿਲਾ ਕਰੀਨਾ ਹੈ ਮੁਹੱਬਤ ਕੇ ਕਰੀਨੋ ਮੇ ਕੋਈ ਬੇਲੀ ਐਸਾ ਆ ਜਾਏ ਜਿਹੜਾ ਸਾਡੇ ਕੋਲ ਅਲੀ ਅਲੀ ਸਿੱਖ ਕੇ ਚਲਾ ਜਾਏ ਅਸਾਂ ਅਸਾਂ ਉਹਦਾ ਦਿਲ ਵੀ ਨਹੀਂ ਤੋੜਨਾ ਤਾਂ ਕਿ ਉਹਨੂੰ ਸਿਖਾਉਣਾ ਕਿ ਅਲੀ ਅਲੀ ਕਿਵੇਂ ਕਰੀਦਾ ਪਰ ਡੇਢ ਮਿੰਟ 'ਚ ਹੀ ਅਸੀਂ ਸਭ ਜਿਸ ਤਰ੍ਹਾਂ ਆਣਗੇ ਫਕੀਰ ਤੁਹਾਡੇ ਕੋਲ ਇਜਾਜ਼ਤ ਲੈ ਲੇਗਾ ਮੌਲਾ ਅਲੀ ਬੈਠੇ ਸਨ ਮਿੰਬਰ 'ਤੇ ਬੈਠੇ ਸਨ ਕੋਈ ਨਹੀਂ ਜੀ ਕੋਈ ਨਹੀਂ ਮੈਂ ਇਸ ਮਾਮਲੇ ਦੇ ਵਿੱਚ ਬੜਾ ਸਖੀ ਹਾਂ ਇਹ ਆਉਣਾ ਜਾਣਾ ਲੱਗਿਆ ਰਹੇਗਾ ਮੈਨੂੰ ਇਹਦੀ ਨਾਰਾਜ਼ਗੀ ਕੋਈ ਨਹੀਂ ਕਿਉਂਕਿ ਪੀਰ ਨਸੀਰਉਦੀਨ ਸ਼ਾਹ ਸਾਹਿਬ ਦਾ ਇੱਕ ਸ਼ੇਰ ਹੈ ਕਿ ਸ਼ਾਫੀ ਕੋ ਅਲੀਲ ਕੌਣ ਕਰ ਸਕਦਾ ਹੈ ਸਖੀ ਕੋ ਬਖੀਲ ਕੌਣ ਕਰ ਸਕਦਾ ਹੈ ਜਿਸੇ ਵੋ ਇੱਜ਼ਤ ਦੇਣਾ ਚਾਹੇ ਨਸੀਰ ਫਿਰ ਉਸੇ ਜ਼ਲੀਲ ਕੌਣ ਕਰ ਸਕਦਾ ਹੈ ਮੈਨੂੰ ਸਾਰੇ ਸਿਲਸਿਲੇ ਦਾ ਪਤਾ ਹੈ 27 ਸਾਲ ਹੋ ਗਏ ਨੇ ਤੁਹਾਡੀ ਨੌਕਰੀ ਕਰਦੇ ਹਾਂ ਤਵੱਜੋ ਰੱਖਣਾ ਜ਼ਰਾ ਮੌਲਾ ਪਾਕ ਬੈਠੇ ਸਨ ਮਿੰਬਰ 'ਤੇ ਫਰਮਾ ਸਲੂ ਨਹੀਂ ਪੁੱਛੋ ਵਿੱਚੋਂ ਇੱਕ ਮੁਨਕਰ ਉੱਠਿਆ ਦੂਜਾ ਕਹਿੰਦਾ ਬਹਿ ਜਾਓ ਕੀ ਕਰਨ ਲੱਗਾ ਮੈਂ ਕਿਹਾ ਸਵਾਲ ਕਰਨਾ ਯਾ ਅਲੀ ਕੋਲੋਂ ਕਹਿੰਦੇ ਬੜਾ ਵੱਡਾ ਦਾਅਵਾ ਕੀਤਾ ਤੁਸੀਂ ਅੱਗੇ ਪੁੱਛੋ ਮੇਰੇ ਕੋਲੋਂ ਮੈਂ ਦੱਸਾਂਗਾ ਫਰਮਾਇਆ ਪੁੱਛ ਲੈ ਕਹਿੰਦਾ ਅੱਜ ਮੈਂ ਖਾਣਾ ਕੀ ਹੈ ਆਪਣੇ ਫਰਮਾਇਆ ਤੂੰ ਦੁੱਧ ਚਾਵਲ ਖਾਣੇ ਨੇ ਕਹਿੰਦਾ ਮੇਰੀ ਤੁਹਾਡੇ ਨਾਲ ਸਿੱਧ ਹੋ ਗਈ ਨਹੀਂ ਖਾਵਾਂਗਾ ਫਰਮਾਇਆ ਮੈਨੂੰ ਵੀ ਅਲੀ ਕਹਿੰਦੇ ਵੀਰ ਸਾਹਿਬ ਹੁਣ ਫੈਸਲਾਬਾਦੀਆਂ ਦਾ ਸੁਭਾਨ ਅੱਲਾ ਵੇਖਣਾ ਬਗੈਰ ਕਿਸੇ ਤੱਕੇ ਤੋਂ ਇਹ ਬੜੀ ਕਿਉਂਕਿ ਸਟਾਰਟ ਹੋਏ ਬੈਠੇ ਨੇ ਤਵੱਜੋ ਰੱਖਣਾ ਆਪਣੇ ਫਰਮਾਇਆ ਮੈਨੂੰ ਅਲੀ ਕਹਿੰਦੇ ਨੇ ਘਰ ਗਿਆ ਤੇ ਬੀਵੀ ਨੂੰ ਪੁੱਛਦਾ ਕੀ ਪੱਕਿਆ ਕਹਿੰਦੀ ਦੁੱਧ ਚਾਵਲ ਕਹਿੰਦਾ ਮੈਂ ਨਹੀਂ ਖਾਣੇ ਕਹਿੰਦੀ ਖਾ ਖਸਮਾਂ ਦਾ ਸਿਰ ਮੁਨਾਫਿਕ ਸਾ ਨਾ ਕਹਿੰਦਾ ਗੁਆਂਢੀਆਂ ਦੇ ਜਾ ਤੇਰਾ ਤਰਲਾ ਕਰਨਾ ਤੂੰ ਮੇਰੇ ਘਰ ਵਾਲੀ ਹੈ ਗੁਆਂਢੀਆਂ ਦੀ ਗਈ ਕਹਿੰਦੀ ਕੀ ਪੱਕਿਆ ਉਹਨਾਂ ਕਾ ਦੁੱਧ ਚਾਵਲ ਕਹਿੰਦਾ ਮੇਰੇ ਪੇਕਿਆਂ ਦੇ ਜਾ ਉੱਧਰ ਗਈ ਤੇ ਦੁੱਧ ਚਾਵਲ ਕਹਿੰਦਾ ਆਪਣਿਆਂ ਦੇ ਜਾ ਉੱਧਰ ਗਈ ਤੇ ਦੁੱਧ ਚਾਵਲ ਕਹਿੰਦੀ ਖਾਣੇ ਤੇ ਖਾ ਹੋਰ ਕੋਈ ਸ਼ੈ ਨਹੀਂ ਲੱਭੀ ਕਹਿੰਦਾ ਨਹੀਂ ਖਾਵਾਂਗਾ ਮਰ ਜਾਵਾਂਗਾ ਨਹੀਂ ਖਾਵਾਂਗਾ ਸ਼ਹਿਰੋਂ ਨਿਕਲਿਆ ਬਾਹਰ ਇੱਕ ਕਾਫਲਾ ਸ਼ਹਿਰ ਵੱਲ ਆ ਰਿਹਾ ਸਭ ਤੋਂ ਅਗਲੀ ਸਵਾਰੀ ਨੂੰ ਡੱਕ ਕੇ ਕਹਿੰਦਾ ਰੁਕਣਾ ਉਹਨੇ ਕਿਹਾ ਪਿਛਲਾ ਇਹ ਰਸਤਾ ਸਾਫ਼ ਕਰ ਜਲਦੀ ਬੜੀ ਉਹਨੇ ਨਹੀਂ ਨਹੀਂ ਰੁਕਣਾ ਜਦੋਂ ਸਵਾਰੀਆਂ ਰੁਕ ਗਈਆਂ ਪੁੱਛਦਾ ਕੀ ਪਕਾਇਆ ਜੇ ਉਹਨੇ ਕਿਹਾ ਦੁੱਧ ਚਾਵਲ ਉਹਨੇ ਕਿਹਾ ਨਹੀਂ ਖਾਣੇ ਉਹਨੇ ਕਿਹਾ ਤੇਰੀ ਐਸੀ ਦੀ ਤੈਸੀ ਉਹਨੇ ਕਿਹਾ ਲੰਮਾ ਪਾਓ ਅੱਲਾ ਦੀ ਕਸਮ ਹੈ ਇੰਝ ਹੀ ਲਿਖਿਆ ਇੱਥੇ ਸੂਫੀ ਜੀ ਲੰਮਾ ਪਾਓ ਮੈਂ ਕਹਿ ਰਿਹਾ ਉਹਨੇ ਕਿਹਾ ਲੰਮਾ ਪਾਓ ਸੁਭਾਨ ਅੱਲਾ ਉਹਨੇ ਕਿਹਾ ਲੰਮਾ ਪਾਓ ਉਹਨੇ 5-7 ਲੰਮਾ ਪਾਇਆ ਇੱਕ ਨੇ ਮੂੰਹ ਖੋਲਿਆ ਦੂਜੇ ਨੇ ਦੁੱਧ ਚਾਵਲ ਤੀਸਰੇ ਨੇ ਧੋਣ ਤੇ ਸੁੱਟੀ ਦੁੱਧ ਚਾਵਲ ਅੰਦਰ ਦਮਾ ਦਮ ਮਸਤ ਕਲੰਦਰ ਇੱਧਰੋਂ ਵੀ ਰੱਜ ਗਿਆ ਇੱਧਰੋਂ ਵੀ ਰੱਜ ਗਿਆ ਇੰਝ ਵੜਿਆ ਨਾ ਸ਼ਹਿਰ ਚੱਗਾ ਮੌਲਾ ਨਾਲ ਮੁਲਾਕਾਤ ਹੋ ਗਈ ਫਿਰ ਮੈਂ ਕੀ ਖਾਧਾ ਜੀ ਕੈਮਰਾਮੈਨ ਭਾਈ ਕੈਮਰਾ ਘੁਮਾਈ ਉਸ ਬੰਦੇ ਦਾ ਮੁਕੱਦਰ ਵੀ ਖਾਈ ਜਿਹੜਾ ਹੁਣ ਬੋਲੇ ਮੌਲਾ ਨੇ ਫਿਰ ਮੈਂ ਕੀ ਖਾਧਾ ਜੀ ਕਹਿੰਦਾ ਜੀ ਖਾਣ ਨੂੰ ਛੱਡੋ ਆਕਾ ਦਾ ਫਰਮਾਨ ਸੱਚਾ ਹੈ ਮਨ ਕੁੰਤੋ ਮੌਲਾ ਆ ਕਮਾਲ ਯਾਰ ਕਮਾਲ ਖੁਦਾ ਦੀ ਇੱਜ਼ਤ ਦੀ ਕਸਮ ਤੁਹਾਡੀਆਂ ਜੁੱਤੀਆਂ ਚੁੱਕ ਕੇ ਸਿਰ ਤੇ ਰੱਖ ਲਵਾਂ ਜਿਹੜਾ ਉੱਚੀ ਬੋਲੇਗਾ ਮਨ ਕੁੰਤੋ ਮੌਲਾ 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 ਮੇਰੇ ਨਬੀ ਨੇ ਬੋਲਾ ਮੈਂ ਜਿਸ ਕਾ ਮੌਲਾ ਮੈਂ ਉਸ ਕਾ ਮੌਲਾ ਚਾਰਾਂ ਦੇ ਅੰਦਰ ਪੰਜਾਂ ਦੇ ਅੰਦਰ ਦਸਾਂ ਦੇ ਅੰਦਰ ਮਸਤ ਕਲੰਦਰ ਮਸਤ ਕਲੰਦਰ ਮਸਤ ਕਲੰਦਰ ਮਸਤ ਕਲੰਦਰ ਮੇਰੇ ਦਿਲ ਕੇ ਅੰਦਰ ਤੇਰੇ ਦਿਲ ਕੇ ਅੰਦਰ ਹਰ ਦਰਦ ਕਾ ਚਾਰਾ ਹੈ ਵਿਰਧ ਹਮਾਰਾ ਸਿੱਦੀਕ ਦਾ ਬੇਲੀ ਉਮਰ ਦਾ ਪਿਆਰਾ ਉਸਮਾਨ ਦਾ ਤਾਰਾ ਮੈਨੂੰ ਜਾਣ ਦਾ ਪਿਆਰਾ ਹੈ ਵਿਰਧ ਹਮਾਰਾ ਅੱਜ ਚਿਸ਼ਤੀ ਬੋਲਣ ਅੱਜ ਕਾਦਰੀ ਬੋਲਣ ਸਿੱਧੀ ਕੀ ਬੋਲਣ ਅੱਜ ਹੈਦਰੀ ਬੋਲਣ ਨੁਸ਼ਾਹੀ ਬੋਲਣ ਚੁਰਾਹੀ ਬੋਲਣ ਚੁਰਾਹੀ ਬੋਲਣ ਫਰੀਦੀ ਬੋਲਣ ਅੱਜ ਸਾਰੇ ਹੀ ਬੋਲੋ ਲਬ ਝੂਮ ਕੇ ਬੋਲੋ ਸਾਰਾ ਝੂਮ ਕੇ ਬੋਲੋ ਸਾਰਾ ਪਿਆਰ ਸੇ ਬੋਲੋ ਲਲਕਾਰ ਕੇ ਬੋਲੋ ਲਲਕਾਰ ਕੇ ਬੋਲੋ ਹੁਣ ਕਰਕੇ ਸੁਣਾ ਦੋ ਹੁਣ ਕਰਕੇ ਬਗਾ ਦੋ ਜੰਨਤ ਕੀ ਕੁੰਜੀ ਸਾਰਾ ਥਾਮ ਲੈ ਪਿਆਰੇ ਹੈ ਤੇਰਾ ਮੌਲਾ ਹੈ ਮੇਰਾ ਮੌਲਾ ਹੈ ਤੇਰਾ ਮੌਲਾ ਹੈ ਮੇਰਾ ਮੌਲਾ ਰੋਟੀ ਦੇ ਦੇ ਮੇਰਾ ਮੌਲਾ ਬੋਲਾ ਮੈਨੂੰ ਕੰਬਰ ਦੇ ਦੇ
कंबर बोला अली अली है मेरे मौला अली अली जो कुछ भी पड़ा है अली अली वो ऊंट पे रखा अली अली मेरा मौला बोला अली अली इन ऊंट ही दे दे अली अली इन ऊंट ही दे दे अली अली अरे कंबर बोला अली अली है मेरे मौला अली अली वो ऊंट खड़ा है अली अली कतार के अंदर अली अली मेरा मौला बोला अली अली कतार ही दे दे अली अली पेशाब पेशाब मैं एक गल छोटी जी करनी सवेरे मंगता बूहे ते आ जाए आका दी महफल गरीबा दे महल्ले सजाण वाले हो अल्लाह दे नां ते 10 रुपए दियो मास्टर साहब तुसी 1000 दियो वो दुआ देगा या बद दुआ पूछी ਨਾਲੇ ਉਹ ਜਿਹੜਾ ਤੁਹਾਡੇ ਕੋਲ 10 ਮੰਗੇ 10 ਮੰਗੇ 10 ਮੰਗੇ ਉਹਨੂੰ 1000 ਦਿਓ 1000 ਦਿਓ 1000 ਦਿਓ ਉਹ ਤੁਹਾਨੂੰ ਦੁਆ ਦੇਗਾ ਜਾਂ ਬਦਦੁਆ ਦੁਆ ਪੁੱਛੀ ਦੁਆ ਹੋਰ ਸੁਣਿਆ ਨਹੀਂ ਮੈਨੂੰ ਦੁਆ ਨਹੀਂ ਸੁਣਿਆ ਦੁਆ ਪੱਕੇ ਰਹਿਣਾ ਫਸਰਾਬਾਦ ਵਾਲਿਓ ਜਿਹੜਾ 10 ਮੰਗੇ ਉਹਨੂੰ 1000 ਦਿਓ ਤੁਹਾਨੂੰ ਦੁਆ ਦੇਵੇ ਸਵੇਰੇ ਕੋਈ ਬੀਬੀ ਮੇਰੀ ਕੋਈ ਭੈਣ ਕੋਈ ਮਾਂ ਰੋਟੀ ਵੀ ਪਕਾਵੇ ਤੇ ਬੂਹੇ ਤੇ ਮੰਗਤਾ ਆਵੇ ਆਖੇ ਅੰਮਾ ਜੀ ਬੱਚੇ ਜੀਵਣੀ ਰੋਟੀ ਦੇ ਬੀਬੀ ਪੂਰਾ ਛਾਬਾ ਚੁੱਕ ਕੇ ਦੇਵੇ ਉਹ ਦੁਆ ਦੇਗਾ ਜਾਂ ਬਦ ਦੁਆ ਉੱਚੀ ਫਿਰ ਉੱਚੀ ਲੈ ਵੀ ਹੁਣ ਫੈਸਲਾ ਤੁਸਾਂ ਕਰਨਾ ਹੈ ਫੈਸਲਾ ਬਾਅਦ ਚ ਰਹਿੰਦੇ ਹੋ ਗੱਲ ਫੈਸਲਾ ਕੋਲ ਕਰਨ ਲੱਗਾ ਪੇਂਡੂ ਬੰਦਾ ਤੇ ਮੈਂ ਪੰਚਾਇਤ ਨਿਬੇੜਨ ਲੱਗਾ ਪੰਚਾਇਤ ਤੁਹਾਡੇ ਅੱਗੇ ਜਿਹੜਾ ਤੁਹਾਡੇ ਕੋਲੋਂ 10 ਮੰਗੇ ਨੂੰ ਆਧਾਰ ਦਿਓ ਉਹ ਤੁਹਾਨੂੰ ਦੇਵੇ ਦੁਆ ਤੇ ਜਿਸ ਮੌਲਾ ਕੋਲੋਂ 1 ਰੋਟੀ ਮੰਗੀ ਹੋਵੇ ਤੇ 70 ਊਂਟ ਮਿਲੇ ਹੋਣ ਉਹਨੇ ਦੁਆ ਦਿੱਤੀ ਹੋਣੀ ਹੈ ਹੁਣ ਦੁਆ ਦਾ ਅੰਦਾਜ਼ ਵੇਖੋ ਇਹ ਵੇਖੋ ਇਹ ਮਹਾਰ ਹੈ ਇੱਥੇ ਇੱਥੇ ਇੰਜ ਕਰਕੇ 70 ਉੱਠ ਨੇ ਪਿੱਛੇ ਅੱਗੇ ਮੌਲਾ ਅਲੀ ਹੈ ਪਿੱਛੇ ਪਿੱਛੇ ਉੱਠ ਅੱਗੇ ਮੌਲਾ ਅਲੀ ਦੁਆ ਦੇ ਕੇ ਕਹਿੰਦਾ ਹੈ ਤੇਰੀ ਜੋੜੀ ਜੀਵੇ 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 ਤੇਰਾ ਸ਼ੱਬਰ ਜੀਵੇ ਸ਼ਬੀਰ ਜੀਵੇ ਤੇਰਾ ਅਸ਼ਕਲ ਜੀਵੇ ਤੇਰਾ ਅਕਬਰ ਜੀਵੇ ਤੇਰਾ ਗਾਜ਼ੀ ਜੀਵੇ ਸੱਜਾਦ ਵੀ ਜੀਵੇ ਮੈਂ ਰੱਜ ਗਿਆ ਮੌਲਾ ਮੈਂ ਰੱਜ ਗਿਆ ਮੌਲਾ ਤੂੰ ਸਭ ਦਾ ਮੌਲਾ ਤੂੰ ਸਭ ਦਾ ਮੌਲਾ ਤੂੰ ਜਗ ਦਾ ਮੌਲਾ ਹੈ ਤੇਰਾ ਮੌਲਾ ਹੈ ਮੇਰਾ ਮੌਲਾ ਹੈ ਤੇਰਾ ਮੌਲਾ ਹੈ ਮੇਰਾ ਮੌਲਾ ਹੈ ਤੇਰਾ ਮੌਲਾ ਹੈ ਮੇਰਾ ਮੌਲਾ ਨਾਰਾਇਣ ਹੈਦਰੀ